श्रोमणी गायक सुरिंदर शिंदा पिछले दिन संसारिक यात्रा पूरी कर गए थे, अज उन्हां दी याद विच पाठ दे भोग पाए जाने ने, सो उन्हां दे परिवार इत्थे पहुंच गया। आप गलबात कर लैंदे हां, मनिंदर शिंदा साडे नाल मौजूद है। मनिंदर, फादर साहब दी डैथ तो बाद अज भोग हैगा वा, सो उस तो बाद हुण की प्रोग्राम होणगे, अज दा की समागम रख्या गया? अज उन्हां दी अंतम अरदास दा भोग पैणा जी गुरुद्वारा ई ब्लॉक बी आर एस नगर गुरुद्वारा सिंह सभा जी, और बड़िया मौजूद हस्तियां पहुंच रही हैं, जिन्हां विचों मेरे चाचा जी पद्म श्री एम पी हंसराज हंस जी, और साडे ताया जी मैंबर पार्लीमेंट मोहम्मद सदीक साहब, होर पंजाबी लोग गायकी दे जिन्हें भी उन्होंने फैनस ने, इंग्लैंड तो मलकीत जी आ रहे हैं, और जिन्हें भी प्यार करते उन्होंने अपने गुलजार लाहौरिया साहब टोरंटो तो, और पूरी दुनिया तो सोग मनाया जा रहा जी। सानू समझ नहीं आ रही किवें धन्नवाद करिए, शुक्रिया करिए। सानू तो हुण पता लग्या साडे फादर साहब इन्ने फेमस पर्सनैलिटी सी, मैं सोचता जी कल्ले पंजाब दे नहीं, पंजाब दे कलाकार ने, उह तां वर्ल्डवाइड कलाकार सीगे जी, क्योंकि सानू असी रहिंदे नहीं सी उहनां कोल, ज़्यादा टाइम बाहर कनेडा ही रहे हैं, ते बस इह सोग जिहड़ा ना जी, इहनूं टाइम लग जाणा पूरा होण। परिवार नूं बहुत वड्डा घाटा, कदी घाटा पूरा नहीं हो सकता, कहिंदे परिवार नूं जमीन तो आसमान तक लैके गए ने, सो तुहानूं वी विदेशां तक लैके गए ने, सो किस तरह दी हुण यादां जिहड़ियां उहनां दीआं याद रहिणगीआं? ਭਾਜੀ ਉਹਨਾਂ ਦਾ ਤਾਂ ਉਹਨਾਂ ਦੇ ਸਿਰ ਤੇ 15-20 ਪਰਿਵਾਰ ਪਾਲੇ ਸੀ, ਸਾਰਾ ਗਰੁੱਪ, ਜਿੰਨਾ ਵੀ ਮਿਊਜ਼ਿਕ ਇੰਸਟਰੂਮੈਂਟ ਜਿਹੜੇ ਮੁੰਡੇ ਮਜੀਸ਼ੀਅਨ ਸੀਗੇ, ਔਰ ਸ਼ਾਗਿਰਦ ਪਰਿਵਾਰ ਉਹਨਾਂ ਦੇ ਸਿਰ ਤੇ, ਸਾਡੇ ਨਾਲੋਂ ਵੱਧ ਉਹਨਾਂ ਉਹ ਐਸ਼ ਕਰਦੇ ਸੀਗੇ। ਅਸੀਂ ਤਾਂ ਕੈਨੇਡਾ ਰਹਿੰਦੇ ਸੀ, ਅਸੀਂ ਤਾਂ ਆਪਣੀ ਉੱਥੇ ਜੌਬ ਮਜ਼ਦੂਰੀ ਕਰਦੇ ਸੀ, ਕਿਉਂਕਿ ਲਾਈਫ ਉੱਥੇ ਦੀ ਹੋਰ ਹੈ, ਪਰ ਸਾਨੂੰ ਫਾਦਰ ਸਾਹਿਬ ਨੇ ਸਿਖਾਇਆ ਸੀ ਮੈਂ ਉੱਥੇ ਵੀ ਗਾਇਕੀ ਕਰਦਾ, ਅਤੇ ਸੋਗ ਤਾਂ ਸਾਰਿਆਂ ਨੂੰ ਹੈ, ਪਰ ਇਹ ਹੈ ਵੀ ਹੁਣ ਜਿਹੜਾ ਘਾਟਾ ਹੈ ਬਹੁਤ ਮੁਸ਼ਕਲ ਆ ਪੂਰਾ ਹੋਣਾ ਜੀ। ਪਾਪਾ ਦੀ ਕਿਹੜੀ ਕਿਹੜੀ ਜਿਹੜੀਆਂ ਚੀਜ਼ਾਂ ਅਧੂਰੀਆਂ ਰਹਿ ਗਈਆਂ ਉਹ ਪੂਰੀਆਂ ਕਰਾਂਗੇ? ਕੋਈ ਐਲਬਮ ਉਹਨਾਂ ਦੇ ਗਾਣੇ ਆ, ਕੋਈ ਗਾਣੇ ਆਣੇ, ਕੋਈ ਫਿਲਮ ਆਣੀ, ਉਹ ਪੂਰੀਆਂ ਤੁਸੀਂ ਕਰੋਗੇ ਮਨਿੰਦਰ? ਹਾਂਜੀ, ਮੈਂ ਉਹਨਾਂ ਦੇ ਗਾਣੇ, ਉਹਨਾਂ ਦੇ ਕੁਛ ਰਿਕਾਰਡਿੰਗਸ ਉਹਨਾਂ ਦੀਆਂ ਪੈਂਡਿੰਗ ਸੀਗੀਆਂ, ਉਹ ਹੁਣ ਮੈਂ ਵੋਕਲ ਕਰੂੰਗਾ ਜੀ, ਔਰ ਜਿੰਨੇ ਵੀ ਕੋਈ ਜਿੰਨੇ ਵੀ ਵਾਵਸਥਾ ਜਿੰਨੇ ਵੀ ਗਾਣੇ, ਮੈਨੂੰ ਪਤਾ ਹੀ ਨਹੀਂ ਸੀ ਉਹਨਾਂ ਦੇ, ਘੱਟੋ ਘੱਟ 16-17 ਗਾਣੇ ਰਿਕਾਰਡ ਹੋਏ ਪਏ ਸੀਗੇ, ਉਹ ਹੁਣ ਮੈਂ ਜਦ ਦਾ ਉਹਨਾਂ ਦਾ ਸੰਸਕਾਰ ਹੋਇਆ, ਅੱਜ 4 ਤਰੀਕ ਹੋ ਗਈ ਹੈ, ਹੁਣ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਸਾਰੇ ਪੂਰੇ ਕਰੂੰਗਾ, ਕਿਉਂਕਿ ਮੈਂ ਤਾਂ ਉਹਨਾਂ ਦੇ ਸਰੋਤਿਆਂ ਨੂੰ, ਮੈਂ ਵੀ ਉਹਨਾਂ ਲਈ ਉਹੀ ਹਾਂ, ਮੇਰੇ ਸਰੋਤੇ ਵੀ ਉਹੀ ਹੈ, ਮੇਰੇ ਫਾਦਰ ਸਾਹਿਬ ਦੇ, ਉਹਨਾਂ ਦੀਆਂ ਦੁਆਵਾਂ ਦੇ, ਅਤੇ ਮੈਂ ਉਹਨਾਂ ਦੇ ਅੱਗੇ ਉਹਨਾਂ ਦੀ ਜਿਹੜੀ ਗੱਦੀ ਅੱਗੇ ਤੋਰੂੰਗਾ ਜੀ। ਸਿੰਦਾ ਜੀ, ਤਾਂ ਕੋਈ ਸੁਪਨਾ ਸੀਗਾ, ਕੋਈ ਦੱਸਦੇ ਸੀ ਤੁਹਾਨੂੰ ਕਿ ਇਹ ਸੁਪਨਾ ਮੈਂ ਪੂਰਾ ਕਰਨਾ ਚਾਹੁੰਦਾ, ਉਹ ਨਹੀਂ ਹੋਇਆ ਪੂਰਾ, ਉਹ ਤੁਸੀਂ ਹੁਣ ਅੱਗੇ ਉਹ ਪੂਰੇ ਕਰੂੰਗੇ ਉਹਨਾਂ ਦੇ ਸੁਪਨੇ ਜਿਹੜੇ? ਬਹੁਤ ਵੱਡਾ ਸੁਪਨਾ ਸੀ ਜੀ ਭਾਜੀ, ਉਹ ਮੈਨੂੰ ਹਿੱਟ ਦੇਖਣਾ ਚਾਹੁੰਦੇ ਸੀ, ਪਰ ਉਹ ਸਮਾਂ ਨਹੀਂ ਆਇਆ, ਚਲੋ ਹੁਣ ਕੋਸ਼ਿਸ਼ ਕਰਾਂਗੇ ਵੀ ਉਹ ਹਿੱਟ ਉਹ ਜਿੱਥੇ ਵੀ ਬੈਠੇ ਹੋਣਗੇ ਦੇਖਣਗੇ, ਪਰ ਮੈਂ ਜਿੰਨੀ ਉਹ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਵੀ ਉਹ ਰਿਟਾਇਰ ਹੋ ਕੇ ਨਹੀਂ ਗਏ, ਉਹ ਅੱਜ ਵੀ ਗਾ ਰਹੇ ਸੀਗੇ, ਨਹੀਂ ਤਾਂ ਕੋਈ ਕਹਿੰਦਾ ਨਾ ਬੰਦਾ ਬਹੁਤ ਬੜਾ ਹੋ ਗਿਆ ਜੀ ਹੁਣ ਤੋਂ ਗਾ ਨਹੀਂ ਹੁੰਦਾ, ਉਹ ਹੁਣ ਵੀ ਗਾ ਰਹੇ ਸੀਗੇ, ਔਰ ਜਿੱਦਣ ਉਹਨਾਂ ਨੇ ਜਿੱਦਣ ਬਿਮਾਰ ਹੋਏ ਉਦਣ ਵੀ ਇੰਗਲੈਂਡ ਪ੍ਰੋਗਰਾਮ 'ਤੇ ਚੱਲੇ ਸੀ, ਮੈਂ ਇਸ ਚੀਜ਼ ਨੂੰ ਅੱਗੇ ਜਾਰੀ ਰੱਖੂੰਗਾ ਜੀ, ਮੈਨੂੰ ਇਸ ਗੱਲ ਦਾ ਮਾਣ ਹੈ ਮੇਰੇ ਫਾਦਰ ਸਾਹਿਬ ਨੇ ਸੁਰਿੰਦਰ ਸ਼ਿੰਦਾ ਜੀ, ਲੋਕ ਗਾਇਕੀ ਇੱਦਾਂ ਹੀ ਕਾਇਮ ਰਹੂ। ਸੀਐਮ ਸਾਹਿਬ ਘਰੇ ਆਏ ਸੀਗੇ, ਉਹਨਾਂ ਨਾਲ ਕੋਈ ਗੱਲਬਾਤ ਹੋਈ ਸੀ ਪਰਿਵਾਰ ਨੂੰ ਲੈ ਕੇ, ਜਾਂ ਕੁਛ ਕੋਈ ਮਦਦ ਮੰਗੀ ਗਈ, ਕੁਛ ਕਿੱਦਾਂ ਦੀ ਕੋਈ ਗੱਲਬਾਤ ਹੋਈ ਸੀ ਸੀਐਮ ਸਾਹਿਬ ਨਾਲ? ਸੀਐਮ ਸਾਹਿਬ ਤਾਂ ਹੁਣ ਬਣੇ ਨਹੀਂ ਜੀ, ਸਾਡਾ ਤਾਂ ਬਹੁਤ ਪੁਰਾਣਾ ਰਿਸ਼ਤਾ ਉਹਨਾਂ ਨਾਲ, ਔਰ ਉਹਨਾਂ ਨੇ ਜੋ ਉਹਨਾਂ ਦਾ ਉਹਨਾਂ ਨੇ ਹੈਲਪ ਕੀਤੀ ਹੈ ਉਹ ਤਾਂ ਕਦੀ ਵੀ ਨਹੀਂ ਭੁੱਲਣੀ ਸਾਨੂੰ, ਸਾਡਾ ਹਰ ਟਾਈਮ ਇਲਾਜ ਦੇ ਵਿੱਚ ਪੂਰੀ ਡਾਕਟਰਾਂ ਦੇ ਨਾਲ ਪੂਰੀ ਉਹਨਾਂ ਦੀ ਉਹਨਾਂ ਦਾ ਕੋਪ ਨਾਲ ਲਿੰਕ ਰਿਹਾ, ਉਹਨਾਂ ਦਾ ਕਨੈਕਸ਼ਨ ਜੁੜਿਆ ਰਿਹਾ, ਉਹ ਤਾਂ ਬਹਾਦਰ ਸਾਹਿਬ ਨੂੰ PGI ਤੱਕ ਵੀ ਉਹਨਾਂ ਨੇ ਗੱਲਬਾਤ ਕਰ ਲਈ ਸੀ, ਪਰ ਸਾਡੇ ਵੱਲੋਂ ਹੀ ਮੇਰੇ ਫਾਦਰ ਸਾਹਿਬ ਵੱਲੋਂ ਹੀ ਥੋੜ੍ਹਾ ਜਿਹਾ ਦੇਰੀ ਹੋ ਗਈ, ਔਰ ਚਾਚਾ ਜੀ ਹੰਸਰਾਜ ਹੰਸ ਜੀ ਵੱਲੋਂ, ਬਾਕੀ ਤਾਂ ਸਾਰੇ ਦੁਨੀਆ ਜਿਹੜੇ ਉਹਨਾਂ ਦੇ ਫੈਨ ਵੀ ਨੇ ਉਹ ਵੀ ਸਾਨੂੰ ਸਹਿਯੋਗ ਦੇ ਰਿਹਾ ਜੀ, ਦੱਸੋ ਕੋਈ ਕਮੀ ਪੇਸ਼ੀ ਅਸੀਂ ਕਹੀ ਨਹੀਂ ਜੀ, ਫਾਦਰ ਸਾਹਿਬ ਨੇ ਬਹੁਤ ਕੁਛ ਬਣਾਇਆ ਜੀ। ਉਹਨਾਂ ਦੇ ਵੱਡੇ ਬੇਟੇ ਨੇ ਛੋਟੇ ਬੇਟੇ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰ ਲੈਂਦੇ ਹਾਂ। ਭਾਜੀ, ਤੁਸੀਂ ਵਿਦੇਸ਼ ਚਲੇ ਗਏ ਸੀ ਜਿਸ ਟਾਈਮ ਫਾਦਰ ਸਾਹਿਬ ਦੀ ਡੈਥ ਹੋਈ ਸੀਗੀ, ਕੀ ਕਹਿਣਾ ਚਾਹੋਗੇ ਉਹਨਾਂ ਦੀ ਯਾਦ ਦੇ ਵਿੱਚ? ਅੱਜ ਪਾਠ ਦੇ ਭੋਗ ਵੀ ਹੈਗੇ ਨੇ। ਮੈਂ ਬਿਲਕੁਲ ਜੀ, ਮੈਂ ਵਾਪਸ ਚਲੇ ਗਿਆ ਸੀਗਾ, ਅਤੇ ਮੇਰੇ ਕਿਉਂਕਿ ਉਦੋਂ ਡਾਕਟਰ ਸਾਹਿਬ ਨੇ ਸਾਨੂੰ ਕੋਈ ਇੱਦਾਂ ਦਾ ਕੁਛ ਨਹੀਂ ਦੱਸਿਆ ਸੀਗਾ, ਵੀ ਕਹਿੰਦੇ ਸੀ ਠੀਕ ਨੇ, ਰਿਕਵਰੀ ਹੋ ਰਹੀ ਹੈ, ਟਾਈਮ ਲੱਗੂਗਾ ਪਰ ਰਿਕਵਰੀ ਹੋ ਜੂਗੀ, ਹੈ ਨਾ। ਅਤੇ ਮੈਂ ਫਿਰ ਵਾਪਸ ਚਲੇ ਗਿਆ, ਬਟ ਜਦੋਂ ਮੇਰੀ 10 ਮਿੰਟ ਦਾ ਫਰਕ ਪਿਆ, ਮੇਰੀ ਫਲਾਈਟ ਮੈਂ ਫਲਾਈ ਕਰ ਗਿਆ ਤਾਂ 10 ਮਿੰਟ ਬਾਅਦ ਹੀ ਮਤਲਬ ਉਹ ਪੂਰੇ ਹੋ ਗਏ ਪਿੱਛੋਂ ਦੀ, ਮੈਂ ਫਿਰ ਮੈਂ ਤਾਂ ਪਹੁੰਚ ਹੀ ਨਹੀਂ ਸਕਿਆ, ਮੈਂ ਯੂਰਪ ਮੇਰਾ ਸਟੇ ਸੀਗਾ, ਉੱਥੋਂ ਹੀ ਮੈਂ ਫਿਰ ਵਾਪਸ ਆ ਗਿਆ, ਮੈਸੇਜ ਰਿਸੀਵ ਹੋਇਆ ਮੈਨੂੰ ਬਕਾਇਦਾ, ਫਿਰ ਮੈਂ ਗਿਆ ਨਹੀਂ, ਮੈਂ ਅੱਗੇ ਮੈਂ ਉੱਥੋਂ ਹੀ ਮੈਂ ਵਾਪਸ ਆ ਗਿਆ। ਬਟ ਜਿਹੜਾ ਉਹ ਸਫ਼ਰ ਮੇਰੀ ਜ਼ਿੰਦਗੀ ਦਾ ਮਤਲਬ ਐਸਾ ਸਫ਼ਰ ਨਾ ਹੀ ਪਰਮਾਤਮਾ ਕਿਸੇ ਨੂੰ ਦਿਖਾਵੇ,
ਭੁੱਲ ਨਹੀਂ ਸਕਦੇ ਜੀ। ਕਿਹੜੀਆਂ ਹੁਣ ਜਿਹੜੀਆਂ ਪਾਪਾ ਦੀਆਂ ਅਧੂਰੀਆਂ ਯਾਦਾਂ ਜਿਹੜੀਆਂ ਵਾ ਉਹ ਪੂਰੀਆਂ ਕਰੂੰਗੇ, ਕੁਛ ਉਹਨਾਂ ਦੇ ਕੋਈ ਸੁਪਨੇ ਸੀਗੇ ਉਹ ਪੂਰੇ ਕਰੂੰਗੇ, ਹੁਣ ਤੁਸੀਂ ਪਰਿਵਾਰ ਪੂਰਾ ਕਰੇਗਾ? ਬਿਲਕੁਲ ਜੀ, ਹਾਂਜੀ, ਜੋ ਵੀ ਉਹਨਾਂ ਦੀਆਂ ਇੱਛਾਵਾਂ ਸੀਗੀਆਂ, ਹੁਣ ਸਾਡਾ ਮੈਂ ਮੇਰੇ ਭਾਜੀ ਸਾਡੇ ਮਨਿੰਦਰ ਭਾਜੀ ਜਾਂ ਹੋਰ ਜਿੰਨੇ ਵੀ ਸਾਰੇ ਸ਼ਗਿਰਦ ਸਾਡੇ ਭਰਾ ਜੀ ਸਾਰੇ ਭਰਾ ਜੀ ਨੇ ਜਿੰਨੀਆਂ ਵੀ ਉਹਨਾਂ ਦੀਆਂ ਜੋ ਇੱਛਾ ਵਾ ਸਾਰੀਆਂ ਅਸੀਂ ਪੂਰੀਆਂ ਕਰਾਂਗੇ, ਕੋਸ਼ਿਸ਼ ਕਰਾਂਗੇ ਵੀ ਜੋ ਚਾਹੁੰਦੇ ਸੀ ਉਹ ਸਾਰਾ ਕੁਛ ਅਸੀਂ ਪੂਰਾ ਕਰਕੇ ਜਾਈਏ। ਮਨਿੰਦਰ ਨੂੰ ਇੱਕ ਵੱਡਾ ਕਲਾਕਾਰ ਬਣਾਉਣਾ ਚਾਹੁੰਦੇ ਸੀ, ਸਟੇਜਾਂ ਤੇ ਲੈਣਾ ਸ਼ੁਰੂ ਕੀਤਾ ਸੀ, ਹੁਣ ਤੁਸੀਂ ਉਹ ਸਪੋਰਟ ਕਰੋਗੇ ਮਨਿੰਦਰ ਨੂੰ ਉੱਥੇ ਤੱਕ ਲੈ ਕੇ ਜਾਓਗੇ, ਪਾਪਾ ਦੇ ਸੁਪਨੇ ਪੂਰੇ ਕਰਨੇ? ਬਿਲਕੁਲ ਜੀ ਬਿਲਕੁਲ, ਹੁਣ ਮੈਂ ਮੇਰਾ ਵੱਡਾ ਭਰਾ ਅਸੀਂ ਆਪਣੇ ਫਾਦਰ ਸਾਹਿਬ ਨੂੰ ਉਹਨਾਂ ਦੇ ਵਿੱਚ ਹੀ ਦੇਖਣਾ। ਸੋ ਮਨਿੰਦਰ ਭਾਅ ਜੀ ਪਹਿਲਾਂ ਵੀ ਗਾਉਂਦੇ ਨੇ ਤੇ ਹੁਣ ਤਾਂ ਵੈਸੇ ਵੀ ਸਾਡਾ ਫਰਜ਼ ਬਣਦਾ ਆਪਣੇ ਫਾਦਰ ਸਾਹਿਬ ਦੀ ਗੱਦੀ ਸੰਭਾਲਣ ਦਾ। ਸੋ ਮੇਰੇ ਭਰਾ ਬਿਲਕੁਲ ਇਸ ਲਾਈਨ ਦੇ ਵਿੱਚ ਬਿਲਕੁਲ ਜ਼ਰੂਰ ਆਊਗੇ ਜੀ। ਬਿਲਕੁਲ, ਪਰਿਵਾਰ ਅੱਜ ਇੱਥੇ ਪਹੁੰਚਿਆ ਵਾ, ਸੋ 12 ਵਜੇ ਅੱਜ ਪਾਠ ਦੇ ਭੋਗ ਪਾਏ ਜਾਣੇ ਨੇ। ਸੋ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਗੁਰਦੁਆਰਾ ਸਾਹਿਬ ਦੀਆਂ ਤਸਵੀਰਾਂ ਨੇ। ਇੱਕ ਵਾਰ ਤੁਹਾਨੂੰ ਦੱਸ ਦਿੰਦੇ ਹਾਂ ਕਿ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਈ ਬਲੋਕ ਭਾਈ ਰਣਜੀਤ ਸਿੰਘ ਨਗਰ ਲੁਧਿਆਣਾ, ਸੋ ਇੱਥੇ ਅੱਜ ਪਾਠ ਦੇ ਭੋਗ ਰੱਖੇ ਗਏ ਨੇ, ਅੰਤਿਮ ਅਰਦਾਸ ਹੋਣੀ ਆ। ਸੋ ਇਸੇ ਜਗ੍ਹਾ ਤੇ ਅੱਜ ਸਮਾਗਮ ਜੋ ਰੱਖਿਆ ਗਿਆ ਵਾ, ਪਰਿਵਾਰ ਤੋਂ ਵੱਡਾ ਬੇਟਾ ਤੇ ਉਹਨਾਂ ਦੇ ਛੋਟੇ ਬੇਟੇ ਜਿਹੜੇ ਅੱਜ ਪਹੁੰਚੇ ਨੇ, ਸੋ ਉਹਨਾਂ ਨੇ ਗੱਲਬਾਤ ਕੀਤੀ ਆ। ਸੋ ਦੱਸ ਰਹੇ ਨੇ ਕਿ ਪਾਪਾ ਦੇ ਕਈ ਸੁਪਨੇ ਸੀ, ਕਈ ਜਿਹੜੇ ਗੀਤ ਜਿਹੜੇ ਰਿਕਾਰਡ ਕੀਤੇ ਸੀਗੇ ਉਹ ਜਲਦ ਜਿਹੜੇ ਲਾਂਚ ਕੀਤੇ ਜਾਣਗੇ, ਅੱਜ ਦਾ ਜੋ ਸਮਾਗਮ ਅੱਜ ਅਰਦਾਸਾਂ ਕੀਤੀਆਂ ਜਾਣੀਆਂ ਨੇ। ਸੋ ਬਿਮਾਰ ਸੀਗੇ ਲੰਬੇ ਸਮੇਂ ਤੋਂ, ਲਗਾਤਾਰ ਕੋਸ਼ਿਸ਼ਾਂ ਸੀ ਕਿ ਉਹ ਜਲਦੀ ਹੀ ਠੀਕ ਹੋ ਕੇ ਸਟੇਜਾਂ ਤੇ ਨਜ਼ਰ ਆਉਣਗੇ, ਪਰਿਵਾਰ ਦੇ ਵਿੱਚ ਨਜ਼ਰ ਆਉਣਗੇ, ਦੋਸਤਾਂ ਨੂੰ ਨਜ਼ਰ ਆਉਣਗੇ, ਪਰ ਸੰਸਾਰਿਕ ਯਾਤਰਾ 26 ਤਰੀਕ ਨੂੰ ਪੂਰੀ ਕਰ ਗਏ ਸੀਗੇ। 29 ਤਰੀਕ ਨੂੰ ਜਿਹੜੀ ਅੰਤਿਮ ਯਾਤਰਾ ਘਰ ਤੋਂ ਸ਼ੁਰੂ ਹੋਈ ਸੀਗੀ, ਮੌਲਟਾਊਨ ਦੇ ਵਿੱਚ ਜਿਹੜਾ ਵਾ ਸੰਸਕਾਰ ਕੀਤਾ ਗਿਆ ਸੀਗਾ। ਸੋ ਅੱਜ ਅੰਤਿਮ ਅਰਦਾਸ ਦੇ ਵਿੱਚ ਪਰਿਵਾਰ ਅਤੇ ਦੋਸਤ ਮਿੱਤਰ ਕਲਾਕਾਰ ਰਾਜਨੀਤਿਕ ਆਗੂ ਪਹੁੰਚਣਾ ਸ਼ੁਰੂ ਹੋ ਗਏ ਨੇ। ਕੈਮਰਾਮੈਨ ਸਨਮਾਨ ਦੇ ਨਾਲ ਨਰਿੰਦਰ ਬਿਹਾਂ, ਜਗਮੇ ਟੀਵੀ ਲੁਧਿਆਣਾ।